कैसी अस्सलाम वालेकुम। ਸਵੇਰ ਨਾਲ ਖੈਰ ਹੋ ਚੁੱਕੀ ਹੈ ਵਲਦੀ ਦਿਵਾਰ ਦੀ ਤੇ ਅੱਜ ਅੰਮਾ ਦੀ ਵੀ ਕੁਝ ਤਬੀਅਤ ਠੀਕ ਹੋ ਗਈ ਕੱਲ ਅਮੀ ਦੀ ਕਾਫੀ ਕੀ ਜਾਈ ਤੇ ਅਸਾਂ ਸੋਚਿਆ ਕਿ ਬਾਗ ਹੀ ਥੀ ਲੈਣੇ ਥੋੜੀ ਦੇਰ ਤੇ ਮੈਂ ਵੀ ਸ਼ਨਾ ਮੁਸਮੀ ਪਾਟ ਕੀ ਦਿਨ ਸ਼ਕਰੀ ਵਲ ਦੁਬਾਰਾ ਟੂਲ ਚਲਾ ਦਿੱਤੀ ਹੈ ਠੀਕ ਹੈ ਗਰਾਸ ਤੇ ਵਸਲਾਂ ਰਕਣ ਤਾਂ ਮਕੋੜੇ ਪੈ ਗਏ ਨੇ ਕੋ ਤੇ ਅਮੀ ਲੈ ਦੇਣਾ ਵਗੈਰਾ ਸਾਰੀਆਂ ਜਿਹੜੀਆਂ ਹਨ ਉਹ ਭਰੀ ਗਈਆਂ ਤਾਂ ਹੁਣ ਇਸ ਸਾਈਡ ਦੇਖੇ ਲੈ ਜਿਹੜੀਆਂ ਨਾ ਜੋ ਸਾਡਾ دیਵਾਨਾ ਮਸਤਾਨਾ ਜਵਾਨ ਕਈ ਚਾਹ ਕੇ ਆਂਦਾ ਪੀਏ ਜਲਦੀ ਆ ਸ਼ਾਬਾਸ਼ ਖਾਨ ਕਰੂੰ ਕੰਮ ਤੇ ਵਲ ਘਰ ਚੱਲੂੰ अमीद जी तबीयत खराब तबीयत दौड़ दौड़ लगती पी कल शाम अमीद दवाई कहना आया इतों अपने नजदीक डॉक्टर बैठे सबूत तौरना मां ने दवाई अपने कोलू रखी हुई है अमां शरबत दी खा दो शरबत देख सकते हो शरबत तेरे सामने देख सकते हो मैं बस कटे दाने हुण करेसी अस्सलाम वालेकुम पुरानी आदत नहीं थी अस्सलाम वालेकुम क्या हाल है ठीक हो मैं करे ने तुसा भी ठीक हो असा भी ठीक है सारा ये आटा मक ऐसा ये तो मैं तो आंदी ना पकावण खुलन दा काम ते मैं नु आंदी पत्ता जाड़े मक गया ते आटा कटणा ये खान सामा भी इन ते कुक भी इन रोटी खासे वाल शाम नु चलो आटा सट के वापस आ चुका दाने सट के वापस आ चुका ते आटा चावणे हुण ते खेलां को पानी लैंदा पिया मैं ते अमने आके शाम दा टाइम थी गई है ते हुण शाम दे ठड पौंदी पई जिहड़ा बंदे चोपे लै सी ना विच ते गूंगल मोलियां दे तां उहदी तबीयत खराब थी वई सी तां सवेरे बरा के ना फर्स्ट टाइम ते सवेरे इहदे चोपे ला लै सी ना थोड़ी अम्मी दी तबीयत भी ठीक थी वई सी अगर अम्मी ना ला सकी ते वल खुद को लावणे पोसी चोपे ओ खुद लै सूं ता हुण मां के आटा चा असां चक्की ते थोड़ी देर वेट करना क्योंकि उन्होंने घंटे दा टाइम दित्ते ਮਨੇ ਕੇ ਘੰਟੇ ਬਾਅਦ ਆ ਕੇ ਆਟਾ ਲੈ ਕੇ ਪਹੁੰਚ ਚੁੱਕਾ ਘਰ ਦੁੱਧ ਵੀ ਲੈਣ ਆਈ ਖੀਰ ਉਹ ਵੀ ਲੈ ਤੇ ਅਮਾ ਦੀ ਦਵਾਈ ਵੀ ਲਾਉਣੀ ਆਈ ਥੋੜੀ ਜਿਹੀ ਹਕੀਕਤ ਤੇ ਉਹ ਦਵਾਈ ਵੀ ਕਹਿਣਾ ਆ ਤੇ ਦਵਾਈ ਮੈਂ ਵਿਸ਼ਕੋ ਪਤਾ ਇਹ ਦੁੱਧ ਵੀ ਇਹਨੇ ਰੱਖੀ ਤੇ ਹੁਣ ਲੈਂਦੀ ਆਟੇ ਦਾ ਗੱਟੂ ਅੱਜ ਸਵੇਰ ਨਾਲ ਖਾਇਰ ਹੋ ਚੁੱਕੀ ਹੈ ਵਲਦੀ ਦਿਵਾਰ ਦੀ ਤੇ ਅੱਜ ਅੰਮਾ ਦੀ ਵੀ ਕੁਝ ਤਬੀਅਤ ਠੀਕ ਹੋ ਗਈ ਕੱਲ ਅਮੀ ਦੀ ਕਾਫੀ ਤਬੀਅਤ ਖਰਾਬ ਥੀ ਗਈ ਆਈ ਜਿਹਦੀ ਵਜ੍ਹਾ ਨਾਲ ਅਸਾਂ ਅੱਗਾ ਵਲੌਗ ਨਹੀਂ ਬਣਾ ਸਕੇ ਅਮੀ ਦੀ ਦਵਾਈ ਵਗੈਰਾ ਗਿੰਦ ਰਹੀ ਹਾਂ ਮੈਂ ਤੇ ਉਸ ਕੋਲ ਬਾਅਦ ਹੁਣ ਸਵੇਰ ਦਾ ਟਾਈਮ ਥੀ ਗਈ ਹੈ ਤੇ ਉਹ ਆਂਦੀ ਪਈ ਮਰਾ ਚ ਅਸੋਂ ਮੈਂ ਤੇ ਪਿਆ ਖੂ ਤੇ ਹੁਣ ਕੀ ਤਬੀਅਤ ਹੈ ਮੈਂ ਪੁੱਛਿਆ ਤੇ ਤਾਂ ਪੁੱਛਿਆ ਪਹਿਲੇ ਤਾਂ ਨਹੀਂ ਪੁੱਛਿਆ ਹਾਂ ਸੱਚੀ ਦਾ ਮੈਂ ਕਹਿ ਨਹੀਂ ਪੁੱਛਿਆ ਕਰ ਤੂੰ ਤਾਂ ਤੇ ਬਸ ਟੋਟ ਕੰਮ ਘਰੋਂ ਨਾ ਸ਼ਾਬਾਸ਼ ਬਈ ਸ਼ਾਬਾਸ਼ ਸ਼ਾਬਾਸ਼ ਨੇ ਮਾਂ ਹਾਂ ਘਰੋਂ ਨਾ ਹਾਂ ਮੇਰੇ ਤੋਂ ਨਾ ਤਾਂ ਜੀ ਅਮਾ ਨੇ ਸਿੰਦੀ ਪੀ ਕੇ ਮੇਰੀ ਕਾਫੀ ਸਾਰੀ ਖਿਦਮਤ ਕੀਤੀ ਸੀ ਗਾਲੋਂ ਮੈਂ ਮਾਂ ਅਮਾ ਦੇ ਬਹੁਤ ਦੇਖ ਰਹਾ ਗਾਲੋਂ ਮੈਂ ਕਿ ਦੱਸੇ तो हुण मैं ते पै खूह ते उत्थे खाली बनावनी है नाली बनावनी है जिहदे च पानी क्रास करने सुक्कियां खेलां पईआं जिहड़ियां उहनां च पानी ला के ते वल मटर आ गए गुंगलू मोलियां दे लावणे चोपे खिलदी रेख मेरी गल ते अम्मी दी वजह तों रह गए कोई मसला नहीं अम्मी जिहड़ी काम दे रहे हो मन्नो उसे काम च खैर हुंदी है ਇੱਥੇ ਪਹੁੰਚ ਆਏ ਸਬਜ਼ੀ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਬਜ਼ੀ ਤਿਆਰ ਹੋਈ ਪਈ ਹੈ ਤਾਂ ਇਹਨੂੰ ਪਾਣੀ ਲਾ ਕੇ ਅਤੇ ਇਹਦੇ ਵਿੱਚੋਂ ਪਾਣੀ ਇੱਥੇ ਕ੍ਰਾਸ ਕਰਨਾ ਇਹੋ ਪਾਣੀ ਲੈ ਬਣਿਆ ਗਾ ਇਹਨਾਂ ਖੇਲਾਂ ਦੇ ਵਿੱਚ ਜਿਹੜੀਆਂ ਖੇਲਾਂ ਸੁੱਕੀਆਂ ਸੁੱਕੀਆਂ ਤੋਂ ਨਜ਼ਰ ਆਉਂਦੀਆਂ ਪਈਆਂ ਤਿੰਨਾਂ ਖੇਲਾਂ ਕੋਲ ਪਾਣੀ ਲਾ ਕੇ ਇੱਕ ਸਾਈਡ 'ਤੇ ਗੁੰਗਲੂ ਹੋਏ ਸਨ ਅਤੇ ਇੱਕ ਸਾਈਡ 'ਤੇ ਹੋਏ ਸਨ ਮੋਲੀਆਂ ਅਤੇ ਮੈਂ ਵੀ ਪਹੁੰਚ ਚੁੱਕੀ ਹਾਂ ਤੇ ਸਾਡਾ ਦੀਵਾਨਾ ਮਸਤਾਨਾ ਜਵਾਨ ਕਈ ਚਾਹ ਕੇ ਆਉਂਦਾ ਪੀਏ ਜਲਦੀ ਆ ਸ਼ਾਬਾਸ਼ ਖਾਨ ਕਰੂੰ ਕੰਮ 'ਤੇ ਵੱਲ ਘਰ ਚੱਲੂੰ ਹਾਂ ਇੱਥੇ ਕੰਮ ਕਰੇ ਸੋ ਅੱਜ ਤੇ ਅਮੀ ਉੱਥੇ ਗਈ ਵਸਲਾਂ ਦਾ ਕਾਂਡ ਦੇਖਣ ਜਿਹੜਾ ਲਾਇਆ ਸੀ ਕਿ ਉਹ ਬੀਜ ਨਿਕਲਦਾ ਪੀ ਕੇ ਕੋਰੀ ਬਣਾ ਗਈ ਉਸ ਜਗ੍ਹਾ 'ਤੇ ਗਏ ਤਾਂ ਪੱਕੀਆਂ ਸੀਲਾਂ ਥੱਲੇ ਪੱਥਰ ਪਏ ਹਨ ਅਤੇ ਉੱਥੇ ਨਾਲੀ ਨਹੀਂ ਬਣਾਈ ਅਤੇ ਬਸ ਇਸ ਜਗ੍ਹਾ ਤੋਂ ਬਣਾ ਦਿੱਤੀ ਨਾਲੀ ਹੁਣ ਨਾਲੀ ਬਣ ਚੁੱਕੀ ਹੈ ਅਤੇ ਹੁਣ ਪਾਣੀ ਆ ਰਿਹਾ ਹੈ ਸਾਹਮਣੇ ਹੁਣ ਖੇਲਾਂ ਪਈਆਂ ਇਹ ਖੇਲਾਂ ਭਰਾ ਰਹੇ ਸੂ ਅੱਜ ਜਲਦੀ ਖੜੀ ਆਈ ਅਤੇ ਤੋਂ ਕੋਈ ਖਾਵਣਾ ਹੈ ਵੀਡੀਓ ਬਣਾ ਕੇ ਟੂਲ ਚਲਦੀ ਪਈ ਤਾਂ ਲਾਈਟ ਚਲੀ ਗਈ ਅਸਲੂ ਹੋਣ ਗਈ ਹੈ ਪਾਣੀ ਵੀ ਖਾਰੇ ਦੇ ਵਿੱਚੋਂ ਵਹਿੰਦਾ ਪੀਏ ਨਾਲੀ ਦੇ ਵਿੱਚ ਦੇਖ ਸਕਦੇ ਹੋ ਚੰਗਾ ਦਿੱਤਾ ਹੀ ਸਲਾਹ ਮੇਰੇ ਪਿਆਰ ਦਾ ਨਾ ਮੇਰੇ ਕੋਲ ਆਰ ਦਾ ਛੁੜਾਈ ਤੇ ਨਾ ਪਾਰ ਦਾ ਇਹ ਉਹ ਕੰਮ ਠੀਕ ਹੈ ਅੱਜ ਮੇਰੇ ਨਾਲ ਮੈਸ਼
बल्ले बल्ले वाल लाइट वाग गई। हाँ अल्लाह की मर्जी लाइट चली गई आई तो असं सोचा कि बाग ही थी लेने थोड़ी देर तो मैं वैष्णो मौसमी पाट की दिन शकरी तो हमने शकरी खासी तो मैं मान के दोबारा वह टूवेल चलाना बस तो हूँ मैं पे नहीं नहीं बड़े नहीं खाँदा इतने मैं जल्दी आप खान जल्दी लाइट आ गई चलूँ तो धक्को मेल की आवाज़ आँदी पी उस सामने मेल चलती पी लाइट दोबारा आ गई है तो असं भी अपने टूवेल मान के चला रहे हैं तो रात को इतने लाया पानी बाग को देखते पे हो बाग भरा पी पानी की वजह ना बड़ा पानी पीता है बाग इतना ला उतना थोड़ा तो वाल किसी का पानी अगर त्रुट के आ गए तो वाले बाग को ला रहे सारे वाल दोबारा टूवेल चला दी है तुम देख सकते हो क्योंकि लाइट चली गई आई तो इनका जो पैनल बोर्ड है वो ऑफ कर रहे टूवेल एक दो लाइट चली वे बंद हो वे दोबारा वाल खुद को ऑन करनी पौधी तो हूँ पानी वैसे पिए साइड तू अगे काफ़ी सारा पानी पहुँच चुका है अगर लाइट न वेंदी पानी चलता रहा तो यह जगह मुकम्मल थी वे वाली तो पानी अगर क्रॉस कर दूँ इन्हें खेलों के तो मोहम्मद अवैस से मैं वैश्व सामने शकरी खाते वे सुकून माहौल ना इतने गड्ढा से वसलों का कण तो मकौड़े पै गए को अम्मी लेंदी वे दोवें दोवें के पुराने टोटके अम्मा चातरी गया सारा बीज हूँ क्या बन सी अम्मा उस गड्ढे उस तो खुश है कहना तो देख सकते हो मैं मकौड़े चुनी खेल वगैरह सारिया जो बरी गई तो हूँ इस साइड के खेल जो बरी दी पे भी हमें बरी पे इस साइड के बन्ना पाए हैं खेल के बंदा बनाए ताकि ये बरा लो उस को बाद दूजी साइड लिया बरी में तो पीछे देख सकते हो तलां लगे खड़े इस साइड उत्ते इतों को नजर आते पे तलां भरे खड़े तो इन पानी क्रॉस हो के आता पी इस नाली के टू वेले पिछू गमा गम चलती पई है तो मैं भी थकी बैठी है इन हूँ बस सोई बैठी है दो घंटे लाओ चना बैर चिड़े काम थे वाले बोर हो वेंदी है हम खेल भरी गए तो इन्होंने पानी थोड़ा थोड़ा वह पी पिछू टूवेल बंद कर दी है जे तक इन्हें सेब उत्ते झाड़ा सी तो वाल ला के इन्हें गुंगलू मुलियां ला रहे सो तो हम सारे की तैयारी घर अंदर तो हूँ वेंदे पे घर वाला सो वापस सारे फाइनल ठीक हैं तो अज के ब्लॉग का करें थाई एंड क्योंकि जो गुंगलू मोलियां बीज वगैरह के चोपे लगने तो उन्होंने काफ़ी लेट हो जानी है और एडिटिंग वगैरह भी करनी है वीडियो अपलोड भी करनी है तो मैं सोचा कि छोटी जी वीडियो बना के शेयर कर दें उम्मीद करना तो वीडियो पसंद आई अगर वीडियो पसंद आई तो वीडियो को लाइक कर दो चैनल से पहली दफा आए तो चैनल जरूर सब्सक्राइब करो या अपनी दिखाओ और ढेर सारी सपोर्ट ताकि असं पर इस तरीके जुड़े रहें तो मिलते हैं किसी ने ताजे फ्रेश ब्लॉग देना ब्लॉग देना चाहते हैं इजाजत अल्लाह सोने लगे पान अल्लाह हाफिज़ अल्लाह हाफिज़ मेरी आए तो घर रोटी पानी खाने।